ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਰਕਾਰਾਂ ਦੇ ਵੱਲੋਂ ਵੇਲੇ ਵੇਲੇ ਸਿਰ ਕਈ ਦਾਅਵੇ ਕੀਤੇ ਜਾਂਦੇ ਹਨ, ਉੱਥੇ ਜਲਾਲਾਬਾਦ ਦੀ ਮੰਡੀ ਲਾਦੁਕਾ ਦੇ ਸਰਕਾਰੀ ਮਿਡਲ ਸਕੂਲ ਦੀਆਂ ਤਸਵੀਰਾਂ ਖੋਲ੍ਹ ਰਹੀਆਂ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ। ਆਓ ਤੁਹਾਨੂੰ ਦੱਸਦੇ ਹਾਂ ਸਕੂਲ ਦੇ ਬਾਰੇ। ਅੱਜ ਤੋਂ 3 ਸਾਲ ਪਹਿਲਾਂ ਇਸ ਸਕੂਲ ਦੇ ਬਿਲਡਿੰਗ ਨੂੰ ਅਨਸੇਫ ਕਰਾਰ ਦੇ ਕੇ ਢਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਬੱਚਿਆਂ ਦੇ ਬੈਠਣ ਦੇ ਲਈ ਮਹਿਜ਼ 4 ਕਮਰੇ ਉਸਾਰੇ ਗਏ ਸਨ, ਪਰ ਬੱਚਿਆਂ ਦੀ ਗਿਣਤੀ 350 ਹੋਣ ਦੇ ਕਾਰਨ ਬੱਚੇ ਖੁੱਲ੍ਹੇ ਅਸਮਾਨ ਦੇ ਹੇਠਾਂ ਦਰਖਤ ਦੇ ਛਾਂ ਜਾਂ ਫਿਰ ਤੰਬੂ ਲਗਾ ਕੇ ਪੜ੍ਹਨ ਲਈ ਮਜਬੂਰ ਹਨ। ਇੰਨਾ ਹੀ ਨਹੀਂ, ਇਸ ਸਕੂਲ ਦੇ ਵਿੱਚ ਸਿਰਫ ਇੱਕ ਬਾਥਰੂਮ ਹੈ, ਉਹ ਵੀ ਅਪਾਹਿਜ਼ਾਂ ਵਾਸਤੇ। ਲੜਕੀਆਂ ਦੇ ਲਈ ਬਾਥਰੂਮ ਨਾ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਆਂਢ ਗੁਆਂਢ ਦੇ ਲੋਕਾਂ ਦੇ ਘਰਾਂ ਵਿੱਚ ਜਾਣਾ ਪੈਂਦਾ ਹੈ। ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਪਰ ਕੀ ਸਰਕਾਰਾਂ ਕੋਲ ਇਸ ਭਵਿੱਖ ਨੂੰ ਪੜ੍ਹਾਉਣ ਦੇ ਲਈ ਛੱਤ ਵੀ ਨਹੀਂ ਹੈ? ਵੱਡੇ ਸਵਾਲ ਖੜ੍ਹੇ ਕਰਦੀਆਂ ਨੇ ਤਸਵੀਰਾਂ। ਤੁਸੀਂ ਆਪ ਦੇਖੋ ਕਿਸ ਤਰ੍ਹਾਂ ਦੇ ਨਾਲ ਤੰਬੂ ਹੇਠਾਂ ਪੜ੍ਹਾਈ ਕਰ ਰਹੇ ਛੋਟੇ ਛੋਟੇ ਬੱਚੇ। ਮੇਰਾ ਨਾਮ ਪ੍ਰੋਮਿਲਾ, ਮੈਂ ਮੰਡੀ ਲਾਦੂਕਾ 'ਚ ਰਹਿੰਦੀ ਹਾਂ। ਔਰ ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਬੱਚਿਆਂ ਵਾਸਤੇ ਵਧੀਆ ਕਮਰੇ ਬਣਨੇ ਚਾਹੀਦੇ ਹੈ, ਵਧੀਆ ਉਹਨਾਂ ਦੀ ਸੁਵਿਧਾ ਹੋਣੀ ਚਾਹੀਦੀ ਹੈ, ਲੈਟਰਿੰਗ ਬਾਥਰੂਮ ਸਾਰਾ ਕੁਛ। ਔਰ ਕਮਰੇ ਵੀ ਵਧੀਆ ਹੋਣੇ ਚਾਹੀਦੇ ਆ ਵੀ ਬੱਚੇ ਰੋਸ਼ਨੀ ਭਰਪੂਰ ਹੋਣੇ ਚਾਹੀਦੇ, ਬੱਚੇ ਅੱਛੀ ਤਰ੍ਹਾਂ ਪੜ੍ਹ ਸਕਣ, ਉਹ ਸਾਰਾ ਪ੍ਰਬੰਧ ਹੋਣਾ ਚਾਹੀਦਾ। ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਊਸ਼ਾ ਰਾਣੀ ਹੈ, ਮੈਂ ਮੰਡੀ ਲਾਦੂਕਾ ਸਕੂਲ ਦੇ ਨਾਲ ਮੇਰਾ ਘਰ ਹੈਗਾ ਹੈ। ਮੈਂ ਆਪਦੇ ਬੱਚੇ ਨੂੰ ਹੈਂਡੀਕੈਪ ਮੇਰਾ ਬੱਚਾ ਹੈਗਾ, ਮੈਂ ਸਿਰਫ ਸਕੂਲ ਨਾਲ ਹੋਣ ਕਰਕੇ ਆਪਦੇ ਬੱਚੇ ਨੂੰ ਇਸ ਸਕੂਲ 'ਚ ਲਾਇਆ ਸੀ ਵੀ ਮੇਰਾ ਬੱਚੇ ਨੂੰ ਕੋਈ ਦਿੱਕਤ ਨਾ ਆਵੇ, ਵੀ ਮੇਰਾ ਬੱਚਾ ਇੱਥੇ ਪੜ੍ਹ ਜਾਏਗਾ, ਪੜ੍ਹ ਜਾਏਗਾ ਤਾਂ ਜ਼ਿੰਦਗੀ ਬਣ ਜੂਗੀ ਉਹਦੀ। ਪਰ ਇੱਥੇ ਆਹ ਹਾਲ ਹੈ ਕਿ ਜਦੋਂ ਤੋਂ ਮੈਂ ਆਪਦੇ ਬੱਚੇ ਨੂੰ ਇੱਧਰ ਲਾਇਆ ਹੈ, ਨਾ ਇੱਧਰ ਦੇ ਕਮਰੇ ਵੀ ਉਦੋਂ ਦੇ ਟੁੱਟੇ ਹੋਏ ਆ, ਅਤੇ ਸਰਕਾਰ ਕਿੰਨੀ ਵਾਰੀ ਟੀਚਰਾਂ ਨੇ ਲੈਟਰ ਪਾਏ ਨੇ, ਪਰ ਕੋਈ ਕਮਰੇ ਦਾ ਕੋਈ ਪ੍ਰਬੰਧ ਹੈ ਨਹੀਂ। ਇਸ ਕਰਕੇ ਮੈਂ ਇਹੀ ਕਰਨੀ ਆ ਬੇਨਤੀ ਸਰਕਾਰ ਨੂੰ, ਬਈ ਪਲੀਜ਼ ਤੁਸੀਂ ਕਮਰਿਆਂ ਦੀ ਉਹ ਕਰੋ ਅਤੇ ਨਾਲ ਮੇਰੇ ਬੱਚੇ ਵਾਸਤੇ ਇਹਦਾ ਰਸਤਾ ਦਿਉ। ਮੈਨੂੰ ਬਹੁਤ ਦਿੱਕਤ ਆਉਂਦੀ ਹੈ ਉੱਥੋਂ ਲੈ ਕੇ ਜਾਣਾ, ਐਡਾ ਇੰਨਾ ਉੱਚਾ ਖੰਭ ਜਿੱਥੋਂ ਮੈਂ ਚੇਅਰ ਚੱਕਣਾ ਚੜਾਉਣਾ ਇੰਨਾ ਔਖਾ ਹੋਣਾ ਪੈਂਦਾ ਮੈਨੂੰ। ਇਸ ਲਈ ਮੈਂ ਬੇਨਤੀ ਕਰਾਂਗੀ, ਮੇਰੀ ਮਜਬੂਰੀ ਹੋਣ ਕਰਕੇ ਮੇਰਾ ਬੱਚਾ ਹੈਂਡੀਕੈਪ ਹੈਗਾ, ਇਸ ਲਈ ਮੇਰੇ ਬੱਚੇ ਨੂੰ ਅਤੇ ਸਕੂਲ ਨੂੰ ਸਾਰਿਆਂ ਨੂੰ ਕਮਰੇ ਦਿੱਤੇ ਜਾਣ। ਇੱਕ ਮੇਰੀ ਗੁੜੀਆ ਪੜ੍ਹਦੀ ਹੈ, ਉਹ ਬਾਹਰ ਬਹਿ ਕੇ ਪੜ੍ਹਦੀ ਹੈਗੀ, ਨਾ ਉਹਨੂੰ ਕੋਈ ਕਮਰੇ ਹੈਗੇ, ਨਾ ਲੈਟਰਿੰਗ, ਨਾ ਬਾਥਰੂਮ, ਕੋਈ ਇੱਥੇ ਹੈ ਨਹੀਂ। ਤਾਂ ਕਰਕੇ ਮੈਂ ਇਹੀ ਰਿਕੁਐਸਟ ਕਰਨੀ ਹੈ ਸਰਕਾਰ ਨੂੰ, ਜਲਦ ਤੋਂ ਜਲਦ ਇੱਥੇ ਕਮਰਿਆਂ ਦਾ ਪ੍ਰਬੰਧ ਕੀਤਾ ਜਾਵੇ। ਮੇਰਾ ਨਾਮ ਪਲਕ ਹੈ, ਮੈਂ ਇਸ ਸਕੂਲ ਵਿੱਚ 7th B class ਵਿੱਚ ਪੜ੍ਹਦੀ ਹਾਂ। ਅਸੀਂ ਸਕੂਲ ਤੋਂ ਬਹੁਤ ਚਿਰ ਵਿੱਚ ਪੜ੍ਹ ਰਹੇ, ਇਸ ਵਿੱਚ ਕਮਰੇ ਨਹੀਂ ਹੈਗੇ, ਸਾਡੀ ਪੜ੍ਹਾਈ ਵਿੱਚ ਬਹੁਤ ਦਿੱਕਤ ਆਉਂਦੀ ਹੈ, ਸਾਨੂੰ ਕਮਰੇ ਦਿੱਤੇ ਜਾਣ। ਮੈਂ ਸਰਕਾਰ ਅੱਗੇ ਇਹੀ ਬੇਨਤੀ ਕਰਦੀ ਹਾਂ ਕਿ ਸਾਨੂੰ ਰਿਕੁਐਸਟ ਕਰਦੇ ਹਾਂ। ਕਮਰੇ ਨਾ ਆਉਣ 'ਤੇ ਪੜ੍ਹਾਈ ਦੇ ਵਿੱਚ ਕੀ ਤਾਲਮੇਲ ਹੈ ਜੀ? ਜਿਵੇਂ ਤੁਸੀਂ ਕਹਿ ਰਹੇ ਹੋ ਪੜ੍ਹਾਈ ਨਹੀਂ ਹੁੰਦੀ ਸਹੀ ਤਰ੍ਹਾਂ ਜੀ, ਕਮਰਿਆਂ ਵਿੱਚ ਸਹੀ ਤਰ੍ਹਾਂ ਪੜ੍ਹਾਈ ਹੋ ਸਕਦੀ ਹੈ। ਸਰ ਕੀ ਨਾਂ ਤੁਹਾਡਾ ਜੀ? ਵਰਿੰਦਰਪਾਲ ਜੀ, ਮੈਂ ਪੰਜਾਬੀ ਅਧਿਆਪਕ ਦੇ ਤੌਰ 'ਤੇ ਸਕੂਲ ਦੇ ਵਿੱਚ ਕੰਮ ਕਰ ਰਿਹਾ ਜੀ। ਸਾਡੇ ਸਕੂਲ ਦੀ ਜਿਹੜੀ ਹੈ ਵੱਡੀ ਸਮੱਸਿਆ ਸਾਡੇ ਵਾਸਤੇ ਉਹ ਕਮਰਿਆਂ ਦੀ ਹੈ ਜੀ, ਕਮਰਿਆਂ ਦੀ ਔਰ ਨਾਲ ਟੋਇਲਟ ਦੀ ਹੈ। ਸਾਡੇ ਕੋਲ ਬੈਠਣ ਵਾਸਤੇ ਕਮਰੇ ਜਿਹੜੇ ਨੇ ਸਹੀ ਰੂਪ ਦੇ ਵਿੱਚ ਮੌਜੂਦ ਨੇ। ਲਗਭਗ ਸਾਡੇ ਕੋਲ 350 ਦੇ ਕਰੀਬ ਵਿਦਿਆਰਥੀ ਨੇ, ਜਿਨ੍ਹਾਂ ਦੇ ਵਿੱਚੋਂ ਤੁਸੀਂ ਸਾਹਮਣੇ ਵੇਖ ਰਹੇ ਹੋ ਕਿ ਸਾਨੂੰ 3 ਕਲਾਸਾਂ ਨੇ ਜਿਹੜੀਆਂ ਬਾਹਰ ਲਾਉਣੀਆਂ ਪੈ ਰਹੇ ਨੇ। 5 ਕਮਰੇ ਨੇ ਸਾਡੇ ਕੋਲ ਮੌਜੂਦ ਇਸ ਸਮੇਂ, ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹੁਣ ਤਾਂ ਅਸੀਂ ਤੁਸੀਂ ਵੇਖ ਸਕਦੇ ਹੋ ਵੀ ਕਿਵੇਂ ਧੁੱਪ ਦੇ ਵਿੱਚ ਬੱਚਿਆਂ ਨੂੰ ਬਾਹਰ ਚਾਨਣੀਆਂ ਲਾ ਕੇ ਬਿਠਾਇਆ। ਦੂਜਾ ਨੰਬਰ ਟੋਇਲਟ ਦੇ ਵਾਸਤੇ ਜੀ, ਟੋਇਲਟ ਸਿਰਫ ਸਾਡੇ ਕੋਲ ਇੱਕੋ ਇੱਕ ਟੋਇਲਟ ਹੈ ਜਿਹੜਾ ਸਿਰਫ ਹੈਂਡੀਕੈਪਟ ਵਾਲਾ, ਬਾਕੀ ਅਸੀਂ ਆਰਜੀ ਪ੍ਰਬੰਧ ਬੋਰੀਆਂ ਲਾ ਕੇ, ਤੁਸੀਂ ਆਪਣੇ ਆਪ ਜਾ ਕੇ ਸ਼ਾਇਦ ਵੇਖਿਆ ਹੋਏਗਾ ਕਿ ਕਿਵੇਂ ਆਰਜੀ ਪ੍ਰਬੰਧ ਕੀਤਾ ਹੋਇਆ। ਦੂਜੇ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ, ਸਾਡੇ ਕੋਲ ਕੁੜੀਆਂ ਦੇ ਜਾਣ ਵਾਸਤੇ ਟੋਇਲਟ ਹੈ ਜਾਂ ਕੋਈ ਪ੍ਰਬੰਧ ਨਹੀਂ ਹੈ। ਜਾਂ ਤਾਂ ਕੁੜੀਆਂ ਆਂਢ ਗੁਆਂਢ ਕਿਸੇ ਦੇ ਘਰ ਦੇ ਵਿੱਚ ਅਸੀਂ ਉਹਨਾਂ ਨੂੰ ਭੇਜਦੇ ਹਾਂ, ਜਾਂ ਜਿਹੜਾ ਸਾਡੇ ਕੋਲ ਗੁਆਂਢ ਸਕੂਲ ਹੈ ਉਹ ਸਕੂਲ ਦੇ ਵਿੱਚ ਭੇਜਦੇ ਹਾਂ। ਅਸੀਂ ਇਸ ਸੰਬੰਧੀ ਸਰਕਾਰ ਦਾ ਕੋਈ ਵੀ ਅਜਿਹਾ ਦਫ਼ਤਰ ਨਹੀਂ ਹੈ, DO ਪੱਧਰ ਤੋਂ ਲੈ ਕੇ ਅਸੀਂ ਸਿੱਖਿਆ ਸਕੱਤਰ ਤੱਕ, DPI ਤੱਕ, ਇੱਥੋਂ ਤੱਕ ਕਿ ਅਸੀਂ ਜਿਹੜੇ ਨੈਸ਼ਨਲ ਲੈਵਲ 'ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅਸੀਂ ਆਪਦੇ ਵੱਲੋਂ ਸਾਰੀਆਂ ਫਾਈਲਾਂ ਭੇਜ ਚੁੱਕੇ ਹਾਂ। ਲਗਭਗ ਪਿਛਲੇ ਸਾਲ ਤੋਂ ਅਸੀਂ ਖੱਜਲ ਹੋ ਰਹੇ ਹਾਂ, ਸਾਰੇ ਮਿਲਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਜਿੱਥੋਂ ਜਿੱਥੋਂ ਤੱਕ ਮਿਲਿਆ ਸਾਨੂੰ ਸਿਰਫ ਜਿਹੜਾ ਫੋਕੀ ਆਸ ਬਣਾਈ ਜਾਂਦੀ ਹੈ, ਪਰ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਹੈ ਜਿਹੜੀ ਉਹ ਜਾਰੀ ਨਹੀਂ ਕੀਤੀ ਜਾ ਰਹੀ ਹੈ। ਸਾਡਾ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਅਤੇ ਵਿਭਾਗ ਕੋਲੋਂ ਕਿ ਸਾਨੂੰ ਜਿਹੜਾ ਪ੍ਰੋਪਰ ਰੂਪ ਦੇ ਵਿੱਚ ਜਿਹੜੀ ਸਾਨੂੰ ਘੱਟ ਤੋਂ ਘੱਟ ਵੀ 6 ਕਮਰਿਆਂ ਦੀ ਜ਼ਰੂਰਤ ਹੈ, ਬੱਚਿਆਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਡਬਲ ਪੋਰਸ਼ਨ ਦੇ ਵਿੱਚ 6 ਕਮਰੇ ਦਿੱਤੇ ਜਾਣ, ਔਰ ਕੁੜੀਆਂ ਦੇ ਅਤੇ ਮੁੰਡਿਆਂ ਦੇ ਅਲੱਗ ਅਲੱਗ 3-3 ਟੋਇਲਟ ਨੇ ਜਿਹੜੇ ਉਹ ਦਿੱਤੇ ਜਾਣ, ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਉਹ ਨੁਕਸਾਨ ਨਾ ਹੋਇਆ। ਅਸੀਂ ਆਪਦੇ ਵੱਲੋਂ ਵਧੀਆ ਡਿਸਿਪਲਨ ਬਣਾ ਕੇ ਰੱਖਿਆ ਹੋਇਆ, ਪਰ ਫਿਰ ਵੀ ਕਿਤੇ ਨਾ ਕਿਤੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜੀ ਉਹ ਬਾਹਰ ਬੈਠਦੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਸਮੱਸਿਆਵਾਂ ਵਿੱਚ ਹੋਰ ਵੀ ਭਾਰੀ ਹੋਣਗੀਆਂ, ਕਿਉਂਕਿ ਸਰਦੀਆਂ ਦਾ ਸਮਾਂ ਆ ਰਿਹਾ ਸਾਡੇ ਕੋਲ। ਸਰਦੀਆਂ ਦੇ ਸਮੇਂ ਦੇ ਵਿੱਚ ਬੱਚਿਆਂ ਦਾ ਬਾਹਰ ਬੈਠਣਾ ਇੰਨੀ ਧੁੰਦ ਦੇ ਵਿੱਚ ਔਰ ਇੰਨੇ ਕੋਹਰੇ ਦੇ ਵਿੱਚ ਜਿਹੜਾ ਉਹ ਬਹੁਤ ਮੁਸ਼ਕਲ ਹੋਏਗਾ। ਤਾਂ ਅਸੀਂ ਸਿੱਖਿਆ ਸਕੱਤਰ ਦੇ ਕੋਲ ਵੀ ਫਾਈਲ ਪਹੁੰਚਾ ਚੁੱਕੇ ਹਾਂ, ਕੱਲ੍ਹ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਵਜ੍ਹਾ ਦੇ ਕਾਰਨ ਸਾਡਾ ਉਹਨਾਂ ਦੇ ਨਾਲ ਮੇਲ ਨਹੀਂ ਹੋ ਪਾਇਆ। ਅਸੀਂ ਮੇਲ ਵੀ ਕਰ ਚੁੱਕੇ ਹਾਂ,
उच्च अधिकारियों नूं, पर साडी किसे पासे किसे तरह की कोई भी सुनवाई नहीं हुई। असीं फिर सरकार दे कोलों ते उस विभाग दे कोलों मंग करदे आं उन्हां उच्च अधिकारियों दे कोलों कि सानूं प्रोपर रूप दे विच टॉयलेट और कमरे ने जिहड़े ओह बना के दिते जाण तां कि बच्चों की पढ़ाई का नुकसान है जिहड़ा ओह रोकिया जा सके। असीं आपकी पढ़ाई नूं आपकी जिम्मेवारी नूं तनदेही दे नाल जिवें निभा रहे हां उहदे नालों भी वधिया तरीके दे नाल निभा सकीए जी। सर पिछले बार रिजल्ट स्कूल का किस तरह का आया सी? ਤੇ ਰਿਜ਼ਲਟ ਜੀ ਬਿਲਕੁਲ ਵਧੀਆ ਆ ਰਿਹਾ ਜੀ। ਅਸੀਂ ਰਿਜ਼ਲਟ ਹੈ ਜਿਹੜਾ ਇਸ ਸਕੂਲ ਦਾ 100% ਹੈ। ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਖੇਡਾਂ ਦੇ ਵਿੱਚ ਵੀ, ਸਿੱਖਿਆ ਦੇ ਖੇਤਰ ਦੇ ਵਿੱਚ ਵੀ, ਲੇਖ ਮੁਕਾਬਲਿਆਂ ਦੇ ਵਿੱਚ ਵੀ, ਉਹ ਜ਼ਿਲ੍ਹੇ ਪੱਧਰ 'ਤੇ ਜਾਂ ਤਹਿਸੀਲ ਪੱਧਰ 'ਤੇ ਜਾਂ ਸਟੇਟ ਪੱਧਰ 'ਤੇ ਵੀ ਕਈ ਖਿਡਾਰੀ ਨੇ ਜਿਹੜੇ ਉਹ ਸਾਡੇ ਕੋਲ ਪੁੱਜੇ ਨੇ। ਪਰ ਸਾਡੇ ਕੋਲ ਸਹੂਲਤਾਂ ਦੀ ਜਿਹੜੀ ਕਮੀ ਹੋਣ ਦੇ ਕਾਰਨ ਕਿਤੇ ਨਾ ਕਿਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਆਪਦੀ ਜੇਬ ਦੇ ਵਿੱਚੋਂ ਵੀ ਖਰਚ ਕਰਕੇ ਜਿਹੜਾ ਕੋਈ ਮੁੱਢਲਾ ਸਾਡੇ ਕੋਲ ਅਸੀਂ ਕਰ ਸਕਦੇ ਹਾਂ, ਜਿੰਨਾ ਕੁ ਉਨਾ ਵੱਧ ਤੋਂ ਵੱਧ ਸਾਥੀ ਸਹਿਯੋਗ ਵੀ ਲੈ ਰਹੇ ਹਾਂ। ਸਾਡੇ ਨਾਲ ਪੰਚਾਇਤ ਵੀ ਤੁਰੀ ਹੈ, ਪੰਚਾਇਤ ਨੇ ਵੀ ਸਾਨੂੰ ਮੈਂ ਮੁਗਲਾਦੁਕਾ ਤੋਂ ਰਹਿਣ ਵਾਲੀ ਹਾਂ ਅਤੇ ਮੈਂ ਸਰਕਾਰੀ ਮੁੰਡਾ ਸਕੂਲ ਵਿੱਚ ਪੜ੍ਹ ਰਹੀ ਹਾਂ ਅਤੇ ਪਿਛਲੇ ਸਾਲ ਤੋਂ ਸਾਨੂੰ ਕਮਰਿਆਂ ਦੀ ਬਹੁਤ ਜ਼ਰੂਰਤ ਹੈ, ਜਿਸ ਕਾਰਨ ਕਮਰੇ ਨਹੀਂ ਹੈਗੇ ਤਾਂ ਅਸੀਂ ਬਾਹਰ ਬੈਠੇ ਆਉਂਦੇ ਹਾਂ। ਤਾਂ ਮੈਂ ਸਰਕਾਰ ਅੱਗੇ ਇਹੀ ਬੇਨਤੀ ਕਰਦੀ ਹਾਂ ਕਿ ਸਾਨੂੰ ਕਮਰੇ ਦਿੱਤੇ ਹਨ ਅਤੇ ਮੇਰਾ ਬ੍ਰਦਰ ਹੈਂਡੀਕੈਪ ਹੈ ਅਤੇ ਉਹਦੇ ਕੋਲ ਤੁਰਿਆ ਨਹੀਂ ਜਾਂਦਾ ਅਤੇ ਉਹਨੂੰ ਲਿਜਾਣਾ ਵੀ ਬਹੁਤ ਔਖਾ ਹੁੰਦਾ ਹੈ। ਤਾਂ ਸੋ ਮੈਂ ਬੇਨਤੀ ਕਰਦੀ ਹਾਂ ਤੁਹਾਡੇ ਅੱਗੇ ਕਿ ਸਾਨੂੰ ਵੱਧ ਤੋਂ ਵੱਧ ਮੇਰੀ ਬੇਨਤੀ ਨੂੰ ਕਬੂਲ ਕਰਕੇ ਕਮਰੇ ਦਿੱਤੇ ਜਾਣ। ਮੇਰਾ ਨਾਮ ਪਾਇਲ ਹੈ, ਮੈਂ ਇੱਥੇ ਇਹ ਵਿੱਚ ਪੜ੍ਹਨੀ ਹਾਂ। ਸਾਡੇ ਸਕੂਲ ਵਿੱਚ ਕਮਰਿਆਂ ਦਾ ਪ੍ਰਬੰਧ ਨਹੀਂ ਹੈ, ਬੱਚੇ ਬਾਹਰ ਬੈਠਦੇ ਨੇ, ਇਸ ਲਈ ਉਹਨਾਂ ਦੀ ਪੜ੍ਹਾਈ ਵੱਲ ਵੀ ਧਿਆਨ ਨਹੀਂ ਲੱਗ ਸਕਦਾ। ਔਰ ਸਾਡੇ ਸਕੂਲ ਵਿੱਚ ਟੋਇਲਟਸ ਵੀ ਨਹੀਂ ਹੈਗੇ ਨੇ, ਜਿਨ੍ਹਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਬੱਚਿਆਂ ਨੂੰ, ਅਤੇ ਸਰਕਾਰ ਅੱਗੇ ਅਸੀਂ ਬੇਨਤੀ ਕਰਨੇ ਕਿ ਸਾਡੇ ਸਕੂਲ 'ਚ ਕਮਰੇ 'ਚ ਟੋਇਲਟਸ ਦਾ ਪ੍ਰਬੰਧ ਕੀਤਾ ਜਾਵੇ। ਤੁਹਾਡਾ? ਮੇਰਾ ਨਾਮ ਬਲਜੀਤ ਸਿੰਘ ਆ, ਪਿੰਡ ਫਤਿਹਗੜ੍ਹ। ਅਤੇ ਅਸੀਂ ਖਾਸ ਕਰਕੇ ਮੀਡੀਆ ਨੂੰ ਇਸ ਲਈ ਬੁਲਾਇਆ ਤਾਂ ਜੋ ਸਾਡੇ ਬੱਚਿਆਂ ਨੂੰ ਇੱਥੇ ਇੰਨੀ ਪ੍ਰੋਬਲਮਸ ਆ ਰਹੀਆਂ, ਤੁਸੀਂ ਦੇਖਿਆ ਹੀ ਆ ਸਾਰਾ ਕੁਝ ਪੱਟਿਆ ਪਿਆ, ਠੀਕ ਹੈ ਜੀ। ਕਮਰਿਆਂ ਦੀ ਸਖ਼ਤ ਜ਼ਰੂਰਤ ਆ, ਬੱਚੇ ਬਾਹਰ ਬੈਠ ਕੇ ਪੜ੍ਹੀ ਜਾਂਦੇ ਆ, ਠੀਕ ਹੈ। ਰਿਜ਼ਲਟ 100% ਇੱਥੋਂ ਦਾ ਰਿਜ਼ਲਟ ਰਿਹਾ। ਇਹ ਤਕਰੀਬਨ ਹੋ ਗਿਆ ਇਹਨੂੰ 8-9 ਮਹੀਨੇ ਤੋਂ ਬੱਚੇ ਐਵੇਂ ਹੀ ਪਰੇਸ਼ਾਨ ਹੋ ਰਹੇ ਨੇ, ਨਾ ਇੱਥੇ ਟੋਇਲਟ ਆ, ਨਾ ਕੁਛ ਆ, ਕੋਈ ਸੁਵਿਧਾਵਾਂ ਹੈ ਨਹੀਂ। ਇਹ ਸਰਕਾਰ ਨੂੰ ਚਾਹੀਦਾ ਜਿੰਨੀਆਂ ਵੀ ਸੁਵਿਧਾਵਾਂ ਨੇ ਇੱਥੇ ਪ੍ਰੋਵਾਈਡ ਕਰਵਾਈਆਂ ਜਾਣ। ਪੰਚਾਇਤ ਵੀ ਨਾਲ ਆ ਸਾਡੇ, ਠੀਕ ਹੈ ਜੀ। ਲੈਟਰ ਦੇ ਚੁੱਕੇ ਹਾਂ, ਪਹਿਲਾਂ ਅਸੀਂ ਮਿਲੇ ਹਾਂ ਹੈਡਮਾਸਟਰ ਸਾਹਿਬ ਨੂੰ ਵੀ, ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਪ੍ਰੋਬਲਮਸ ਆ ਰਹੀਆਂ, ਕੁਝ ਸਾਡਾ ਵੀ ਫਰਜ਼ ਬਣਦਾ, ਇੱਕ ਐਜ਼ ਏ ਪੇਰੈਂਟਸ, ਐਜ਼ ਏ ਵਸਨੀਕ ਸਾਡਾ ਇਹ ਫਰਜ਼ ਬਣਦਾ ਵੀ ਬੱਚਿਆਂ ਦੇ ਪ੍ਰਤੀ ਅਸੀਂ ਵੀ ਕੁਛ ਕਰੀਏ। ਬੱਚੇ ਬਹੁਤ ਵਧੀਆ ਇੱਥੇ ਪੜ੍ਹਦੇ ਆ, ਨਾਲ ਸਭ ਸਟਾਫ ਹੈ, ਸਟਾਫ ਵੀ ਬਹੁਤ ਵਧੀਆ ਹਮਾਇਤ ਕਰੀ ਜਾਂਦਾ, ਠੀਕ ਹੈ ਜੀ। ਇਹਨਾਂ ਦੀ ਸਮੱਸਿਆ ਬਹੁਤ ਟਾਈਮ ਤੋਂ ਚੱਲਦੀ ਆ ਰਹੀ ਹੈ ਅਤੇ ਲੈਟਰ ਵੀ ਭੇਜੇ ਗਏ ਨੇ। ਪੰਚਾਇਤ ਜਿੰਨਾ ਕੁਛ ਕਰ ਸਕਦੀ ਆ, ਪੰਚਾਇਤ ਨੇ ਆਪਣੇ ਵੱਲੋਂ ਕੀਤਾ। ਪੰਚਾਇਤ ਹੱਦ ਇੱਕ ਕਮਰੇ ਦਾ ਕਰ ਸਕਦੀ ਆ, 6-7 ਕਮਰਿਆਂ ਦਾ ਨਹੀਂ ਕਰ ਸਕਦੀ। ਇੱਥੋਂ ਦਾ ਇਨਫਰਾਸਟ੍ਰਕਚਰ ਹੈ ਸਾਰਾ ਜੋ ਵੀ ਆ ਉਹ ਸਰਕਾਰ ਨੂੰ ਦੇਖਣਾ ਪੈਣਾ, ਠੀਕ ਹੈ ਜੀ। ਇਹ ਮਿਨਿਸਟਰ ਜੋ ਵੀ ਆ ਆਪਣੇ ਸਕੱਤਰ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਅੱਜ ਕੱਲ੍ਹ ਕੋਈ ਵੀ ਪੁਜੀਸ਼ਨਸ ਵਾਲਾ ਬੰਦਾ ਆਮ ਨਹੀਂ ਮਿਲਦਾ, ਕਿਉਂਕਿ ਸਿਕਿਉਰਟੀਜ਼ ਇੰਨੀ ਦਿੱਤੀਆਂ ਜਾਂਦੀਆਂ, ਨਹੀਂ ਮਿਲਣ ਤਾਂ ਜਾਂਦਾ। ਜੇ ਉਹ ਮਿਲਣ ਦੇ ਹੁੰਦੇ ਤਾਂ ਸ਼ਾਇਦ ਅਸੀਂ ਵੀ ਉਹਨਾਂ ਦੇ ਕੋਲ ਜਾਂਦੇ ਵੀ ਮਿਲਦੇ ਉਹਨਾਂ ਨੂੰ। ਉਹਨਾਂ ਨੇ ਵੀ ਦੱਸਦੇ ਵੀ ਤੁਸੀਂ ਇੱਕ ਜਿੱਥੇ ਅਵਾਰਡ ਦੇ ਰਹੇ ਹੋ, ਗੇੜੇ ਲਾ ਰਹੇ ਹੋ, ਠੀਕ ਹੈ, ਅਵਾਰਡ ਦੇ ਰਹੇ ਹੋ, ਉਹਨਾਂ ਸਕੂਲਾਂ ਨੂੰ ਦੇਖ ਰਹੇ ਹੋ, ਸਮਾਰਟ ਸਕੂਲ ਦੇਖ ਰਹੇ ਹੋ, 1-2 ਸਮਾਰਟ ਸਕੂਲ ਨਾਲ ਪੂਰਾ ਪੰਜਾਬ ਸਮਾਰਟ ਸਕੂਲ ਦੇ ਵਿੱਚ ਨਹੀਂ ਤਬਦੀਲ ਹੋ ਜਾਣਾ। ਪਹਿਲਾਂ ਤੁਹਾਨੂੰ ਗਰਾਊਂਡ ਲੈਵਲ ਵੀ ਦੇਖਣਾ ਪੈਣਾ, ਉਸ ਲੈਵਲ 'ਤੇ ਆ ਕੇ ਦੇਖੋ ਵੀ ਬੱਚਿਆਂ ਨੂੰ ਕਿੰਨੀਆਂ ਪਰੇਸ਼ਾਨੀਆਂ ਹੋ ਰਹੀਆਂ, ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਾਡੀ ਇਹੀ ਆ ਬੇਨਤੀ ਆ ਸਰਕਾਰ ਨੂੰ ਤਾਂ ਕਿ ਸਾਡੇ ਜਿਹੜੇ ਬੱਚੇ ਆ ਵਧੀਆ ਤਰੀਕੇ ਨਾਲ ਪੜ੍ਹ ਜਾਣ, ਅਤੇ ਸਾਨੂੰ ਜਲਦੀ ਤੋਂ ਜਲਦੀ ਆ ਇਹ ਹਾਲ, ਕਮਰੇ ਨੇ, ਰੂਮਸ ਨੇ, ਟੋਇਲਟਸ ਆ, ਇਹ ਸਾਰਾ ਕੁਝ ਪ੍ਰੋਵਾਈਡ ਕਰਾਉਣ। ਤੁਹਾਡਾ ਜੀ? ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਜੀ, ਤੁਸੀਂ ਕਲਾਸ ਬਾਰ ਲਗਾ ਰੱਖੀ ਹੈ ਸਕੂਲ ਦੇ ਵਿੱਚ, ਕੀ ਕਾਰਨ ਹੈ ਜੀ ਇਹਦਾ? ਕਲਾਸ ਦਾ ਹੀ ਮੇਨ, ਸਾਡੇ ਕੋਲ ਕਮਰੇ ਹੀ ਕੋਈ ਨਹੀਂ ਗਈ ਆ, 4 ਕਲਾਸਾਂ ਬਾਹਰ ਬੈਠੀਆਂ ਨੇ, ਉਹ ਕਮਰੇ ਹੀ ਕੋਈ ਨਹੀਂ ਗਈ। ਮੈਂ ਕੰਪਿਊਟਰ ਟੀਚਰ ਹਾਂ, ਮੇਰਾ ਵਿਸ਼ਾ ਕੰਪਿਊਟਰ ਹੈ, ਮਜ਼ਬੂਰੀ ਮੇਰੀ ਇਹ ਹੈ ਕਿ ਉਹਨਾਂ ਕੰਪਿਊਟਰ ਵੀ ਮੈਨੂੰ ਬਾਹਰ ਬੈਠ ਕੇ ਕਰਾ ਰਿਹਾ, ਦੇਖੋ ਬਾਹਰ ਐਵੇਂ ਦੱਸ ਰਿਹਾ। ਅੱਛਾ ਜੀ। ਕਿਉਂਕਿ ਲੈਬ ਵੀ ਸਾਡੇ ਕੋਲ ਨਹੀਂ ਅਤੇ ਨਹੀਂ, ਜਿਵੇਂ ਕੰਪਿਊਟਰ ਕਲਾਸ ਹੈ ਉਹ ਤਾਂ ਕੰਪਿਊਟਰ ਉਹਨਾਂ ਦੇ ਵਾਸਤੇ ਹੋਣਾ ਤਾਂ ਬਹੁਤ ਜ਼ਰੂਰੀ ਹੈ ਜੀ। ਹਾਂਜੀ। ਪਰ ਕੰਪਿਊਟਰ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਜੀ, ਕਮਰਿਆਂ ਦੀ ਘਾਟ ਹੈ ਜੀ ਇੱਥੇ ਤਾਰ ਕੇ ਮੇਨ। ਅੱਛਾ। ਹਾਂਜੀ। ਇਹਦੇ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਕੀ ਅਸਰ ਪੈ ਰਿਹਾ ਜੀ? ਬਹੁਤ ਅਸਰ ਪੈ ਰਿਹਾ ਜੀ। ਕੰਪਿਊਟਰ ਨੂੰ ਦੇਖੋ, ਕੰਪਿਊਟਰ ਜਿਹੜਾ ਪ੍ਰੈਕਟੀਕਲੀ ਕਰਾਇਆ ਜਾ ਸਕਦਾ ਨਾ, ਬਿਨਾਂ ਪ੍ਰੈਕਟੀਕਲ ਤੋਂ ਦੱਸਣਾ ਹੀ ਔਖਾ ਇਹਨਾਂ ਨੂੰ। ਤੁਸੀਂ ਕਦੇ ਪੰਚਾਇਤ ਤੋਂ ਅਧਿਕਾਰੀਆਂ ਤੋਂ ਕਦੇ ਡਿਮਾਂਡ ਨਹੀਂ ਕੀਤੀ ਵੀ ਸਾਨੂੰ ਰੂਮਸ ਬਣਾ ਕੇ ਦਿਓ? ਡਿਮਾਂਡ ਕੀਤੀ ਗਈ ਜੀ, ਬਹੁਤ ਵਾਰੀ ਡਿਮਾਂਡ ਕੀਤੀ ਗਈ ਸਕੂਲ ਵੱਲੋਂ। ਅੱਛਾ ਜੀ। ਫਿਰ ਕੋਈ ਹੱਲ ਨਹੀਂ ਹੋਇਆ ਜੀ ਅਜੇ ਤੱਕ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੰਗ ਇਹ ਹੈ ਕਿ ਜਲਦੀ ਤੋਂ ਜਲਦੀ ਬੱਚਿਆਂ ਵਾਸਤੇ ਕਮਰੇ ਬਣਾਏ ਜਾਣ, ਕਿਉਂਕਿ ਹੁਣ ਸਰਦੀਆਂ ਵੀ ਆ ਰਹੀ ਹੈ, ਗਰਮੀਆਂ ਬੱਚਿਆਂ ਨੇ ਬਹੁਤ ਔਖੀਆਂ ਕੱਟੀਆਂ ਬਾਹਰ, ਹੁਣ ਸਰਦੀ ਆ ਰਹੀ ਹੈ, ਸਰਦੀਆਂ 'ਚ ਹੋਰ ਔਖਾ ਹੈਗਾ ਜੇ ਕਮਰੇ ਨਾ ਬਣਨਗੇ। ਕਿਹੜੇ ਸਕੂਲ 'ਚੋਂ? ਸਰਕਾਰੀ ਮਿਡਲ ਸਕੂਲ ਮੰਡੀ ਲਾਦੁਕਾ ਤੋਂ। ਮੈਡਮ, ਕੀ ਸਮੱਸਿਆ ਇੱਥੇ? ਬੱਚੇ ਬਾਹਰ ਬੈਠੇ, ਕਲਾਸਾਂ ਪ੍ਰੋਪਰ ਨਹੀਂ ਲੱਗ ਰਹੀਆਂ, ਜਾਂ ਬੱਚੇ ਕਈ ਕਲਾਸਾਂ ਦੇ ਵਿੱਚ ਬਹੁਤ ਜ਼ਿਆਦਾ ਨੇ,
ਲੈਬ ਦੋ ਨੇ ਉਹਦੇ ਵਿੱਚ ਬੱਚੇ ਪੜ੍ਹ ਰਹੇ ਨੇ, ਇਹ ਕੀ ਮੈਟਰ ਕੀ ਹੈ ਜੀ ਮੈਡਮ? ਸਰ ਅੱਜ ਤੋਂ 2-2.5 ਸਾਲ ਪਹਿਲੇ ਵੀ ਅਸੀਂ ਸਾਡੀ ਬਿਲਡਿੰਗ ਸਾਰੀ ਅਨਸੇਫ ਹੋਈ ਹੋਈ ਸੀ। ਉਹ ਅਸੀਂ ਸਰ ਬਹੁਤ ਲੈਟਰਸ ਲਿਖੀਆਂ ਡਿਪਾਰਟਮੈਂਟ ਨੂੰ ਵੀ ਚਲੋ ਸਾਡੀ ਬਿਲਡਿੰਗ ਅਨਸੇਫ ਹੈ, ਅਤੇ ਉਸ ਤੋਂ ਪਹਿਲੇ ਪਹਿਲੇ ਮਤਲਬ ਟੁੱਟਣ ਤੋਂ ਪਹਿਲੇ ਪਹਿਲੇ ਚਲੋ ਸਾਨੂੰ ਕੋਈ ਗ੍ਰਾਂਟ ਜਾਰੀ ਕੀਤੀ ਜਾ ਸਕੇ ਤਾਂ ਕਿ ਅਸੀਂ ਪਹਿਲੇ ਸਾਡੇ ਬੱਚਿਆਂ ਦੇ ਬੈਠਣ ਦਾ ਇੰਤਜ਼ਾਮ ਹੋ ਸਕੇ। ਪਰ ਸਰ ਅਸੀਂ ਬੜੀ ਦੇਰ ਵੇਟ ਕੀਤੀ, ਫਿਰ ਸਾਡੇ ਕਮਰੇ ਜ਼ਿਆਦਾ ਕੰਡਮ ਸੀ, ਉਹ ਗਿਰਨ ਵਾਲੇ ਸੀ, ਅਤੇ ਫਿਰ ਸਰ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਤਾਂ ਕੋਈ ਰਿਸਕ ਨਹੀਂ ਲੈ ਸਕਦੇ, ਇਸ ਕਰਕੇ ਸਰ ਅਸੀਂ ਉਹ ਕਮਰੇ ਤੁੜਵਾ ਦਿੱਤੇ। ਠੀਕ ਹੈ, ਅਤੇ ਸਰ ਉਹ ਕਮਰੇ ਟੁੱਟਿਆਂ ਨੂੰ ਵੀ ਅੱਜ ਸਾਲ ਹੋ ਚੁੱਕੇ ਹਨ। ਅਸੀਂ ਡਿਪਾਰਟਮੈਂਟ ਨੂੰ ਬਹੁਤ ਲੈਟਰਸ ਲਿਖ ਚੁੱਕੇ ਹਾਂ, ਬੀ ਪੀ ਓ ਨੂੰ, ਜੋ ਵੀ ਹਾਇਤ ਹੈ ਉਹ ਅਥਾਰਟੀ ਤੱਕ, ਅਸੀਂ ਹਰ ਕਿਸੇ ਨੂੰ ਮੇਲ ਕਰ ਚੁੱਕੇ ਹਾਂ, ਪਰ ਵਿਭਾਗ ਵੱਲੋਂ ਕੋਈ ਇਹਦਾ ਕੋਈ ਸਾਨੂੰ ਕੋਈ ਪੁੱਖਤਾ ਜਵਾਬ ਨਹੀਂ ਦਿੱਤਾ ਗਿਆ। ਸਾਨੂੰ ਲਾਰਿਆਂ 'ਚ ਸਮੇਂ ਤੋਂ ਰੱਖਿਆ ਗਿਆ, ਪਰ ਅਸੀਂ ਸਾਡੇ ਕੋਲ ਪੇਰੈਂਟਸ ਆਉਂਦੇ ਆ, ਬੱਚਿਆਂ ਦੇ ਪੇਰੈਂਟਸ ਆਏ ਆ, ਪੰਚਾਇਤਾਂ ਆਉਂਦੀਆਂ ਨੇ, ਬੱਚਿਆਂ ਨੂੰ ਤੁਸੀਂ ਬਾਹਰ ਕਿਉਂ ਬਿਠਾਇਆ ਹੋਇਆ? ਪਰ ਸਾਡੀ ਵੀ ਮਜਬੂਰੀ ਹੈ, 6ਵੀਂ ਕਲਾਸ ਦੇ ਬੱਚੇ ਜਿਹੜੇ ਸਾਡੇ ਇੱਕ ਕਲਾਸ 60 ਬੱਚਾ ਬੈਠਾ, ਬਹੁਤ ਗਰਮੀ ਦੇ ਮੌਸਮ ਵਿੱਚ ਇੰਨੇ ਬੱਚਿਆਂ ਦਾ ਬੈਠਣਾ ਵੀ ਬੜਾ ਮੁਸ਼ਕਿਲ ਹੈ, ਕੋਈ ਰੂਮ ਐਡੇ ਵੱਡੇ ਵੀ ਨਹੀਂ ਹੈ ਵੀ ਜਿਹੜਾ ਅਸੀਂ 60 ਬੱਚਿਆਂ ਨੂੰ ਬਿਠਾ ਸਕੀਏ, ਪਰ ਸਾਡੀ ਵੀ ਮਜਬੂਰੀ ਹੈ ਕਿ ਕੀਤਾ ਜਾ ਸਕਦਾ। ਅਤੇ ਲੈਬ ਦਾ ਤਾਂ ਤੁਹਾਨੂੰ ਪਤਾ ਹੀ ਵੀ ਜੇ 4 ਕਮਰੇ ਹੈ ਅਤੇ 350 ਬੱਚਾ ਹੈ, 4 ਕਮਰੇ ਹੈ ਅਤੇ ਫਿਰ ਲੈਬ ਕਿੱਥੇ ਐਡਜਸਟ ਹੋਏ ਅਤੇ ਫਿਰ ਕਿੱਥੇ ਹੋਏ ਜੀ? ਮੈਡਮ ਕੱਲ੍ਹ ਕ੍ਰਿਸ਼ਨ ਕੁਮਾਰ ਜੀ ਆਏ ਸੀ ਫਾਜ਼ਿਲਕਾ ਦੇ ਵਿੱਚ, ਅਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਮਿਲੇ ਅਤੇ ਇਸ ਸੰਬੰਧੀ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ? ਸਰ ਅਸੀਂ ਮਾਨਯੋਗ ਸਿੱਖਿਆ ਸਕੱਤਰ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਸੀ। ਦੇਖੋ, ਅਸੀਂ ਸਕੂਲ ਨੂੰ ਛੱਡ ਕੇ ਬੱਚੇ ਕੁਛ ਸਾਡੇ ਟੀਚਰ ਜਿਹੜੇ ਸੀ ਐਪਰੀਸੀਏਸ਼ਨ ਅਵਾਰਡ ਲੈਣ ਗਏ ਹੋਏ ਸੀ, ਹੁਣ ਪੂਰਾ ਸਟਾਫ ਛੱਡ ਕੇ ਸਕੂਲ ਜਾ ਵੀ ਨਹੀਂ ਸਕਦਾ ਸੀ, ਇਸ ਕਰਕੇ ਅਸੀਂ ਸਕੂਲ ਟਾਈਮ ਤੋਂ ਬਾਅਦ ਜਾਣ ਦੀ ਕੋਸ਼ਿਸ਼ ਵੀ ਕੀਤੀ। ਅਸੀਂ ਉਹਨਾਂ ਨੂੰ ਆਪਦੇ ਨੰਬਰ ਤੋਂ ਕੋਲ ਵੀ ਕੀਤੀ ਹੈ, ਇਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਮੈਸੇਜ ਵੀ ਪਾ ਚੁੱਕੀ ਸੀ ਕਿ ਸਰ ਪਲੀਜ਼ ਸਾਡੇ ਸਕੂਲ ਵਿਜ਼ਿਟ ਕਰੋ, ਮਤਲਬ ਮੈਂ ਵੀ ਸਾਡੇ ਸਕੂਲ ਆ ਕੇ ਬੱਚਿਆਂ ਦੀ ਪੜ੍ਹਾਈ ਡਿਸਟਰਬ ਹੋ ਰਹੀ ਹੈ, ਅਤੇ ਉਹਨਾਂ ਨੇ ਇੱਕ ਵਾਰ ਤੁਸੀਂ ਸਕੂਲ ਆ ਕੇ ਦੇਖੋ ਵੀ ਤੁਹਾਨੂੰ ਫਾਜ਼ਿਲਕਾ ਡਿਸਟ੍ਰਿਕਟ 'ਚ ਆਏ ਹੋਏ ਆ, ਪਰ ਚਲੋ ਉਹਨਾਂ ਨੇ ਮੈਸੇਜ ਤਾਂ ਰੀਡ ਕਰਿਆ ਹੀ ਹੋਏਗਾ। ਠੀਕ ਹੈ, ਅਤੇ ਪਰ ਅਸੀਂ ਕੱਲ੍ਹ ਮਿਲਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਉਸ ਟਾਈਮ ਉੱਥੋਂ ਜਾ ਚੁੱਕੇ ਸੀ ਜੀ। ਹੁਣ ਤੁਹਾਡੀ ਕੀ ਡਿਮਾਂਡ ਹੈ ਜੀ, ਕੀ ਮੰਗ ਕਰਦੇ ਹੋ ਤੁਸੀਂ ਸਿੱਖਿਆ ਸਕੱਤਰ ਦੇ ਆ ਪੰਜਾਬ ਸਰਕਾਰ ਤੋਂ? ਸਰ ਅਸੀਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਇਹੀ ਡਿਮਾਂਡ ਕਰਦੇ ਹਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਡਿਸਟਰਬ ਨਾ ਹੋਵੇ, ਬੱਚਿਆਂ ਵਾਸਤੇ ਕਮਰੇ ਘੱਟੋ ਘੱਟ ਸਾਨੂੰ 6 ਰੂਮਸ ਦੀ ਲੋੜ ਹੈ ਜੀ, ਕਿਉਂਕਿ ਇੰਨੀ ਗਿਣਤੀ ਹੋਣ ਦੇ ਬਾਵਜੂਦ ਕਿ ਸਿਰਫ 4 ਕਮਰੇ ਹੈ। ਅਸੀਂ ਸਭ ਅੱਗੇ ਬੇਨਤੀ ਕਰ ਚੁੱਕੇ ਹਾਂ, ਸਭ ਅੱਗੇ ਫਾਈਲਾਂ ਰੱਖ ਚੁੱਕੇ ਹਾਂ, ਪੰਚਾਇਤ ਵੀ ਸਾਡੇ ਨਾਲ ਹੈ, ਪੰਚਾਇਤ ਵੀ ਸਾਡੇ ਨਾਲ ਗਈ ਹੈ, ਡੀ ਸੀ ਆਫਿਸ ਵੀ ਗਈ ਹੈ, ਡੀ ਓ ਆਫਿਸ ਵੀ ਗਈ ਹੈ, ਆਪਦੀਆਂ ਫਾਈਲਾਂ ਸਾਡੇ ਕੋਲ ਸਭ ਪਰੂਫ ਨੇ, ਕਿਉਂਕਿ ਮੈਂ ਕਿਹਨੂੰ ਲੈਟਰਸ ਭੇਜੀਆਂ ਨੇ, ਕਦੋਂ ਕਦੋਂ ਭੇਜੀਆਂ ਨੇ, ਸਭ ਭੇਜੀਆਂ ਉਹਨਾਂ ਨੇ। ਹੁਣ ਵੀ ਵਿਭਾਗ ਤੋਂ ਸਾਡੀ ਇਹੀ ਉਹਨਾਂ ਅੱਗੇ ਬੇਨਤੀ ਕਰ ਸਕਦੇ ਹਾਂ ਅਸੀਂ ਤਾਂ ਵੀ ਸਾਡੀ ਬੇਨਤੀ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ, ਇਹਨਾਂ ਦਾ ਨਤੀਜਿਆਂ 'ਤੇ ਵੀ ਅਸਰ ਪਏਗਾ, ਸਾਡੇ ਕੋਲ ਪੂਰਾ ਇਨਫਰਾਸਟ੍ਰਕਚਰ ਵੀ ਨਹੀਂ ਹੈ ਜੀ, ਅਤੇ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਕਮਰਿਆਂ ਦੀ ਗ੍ਰਾਂਟ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਤਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਡਿਸਟਰਬ ਨਾ ਹੋਵੇ। ਕੀ ਨਾਮ ਬੇਟੇ ਤੁਹਾਡਾ? ਨਿਸ਼ਾ ਰਾਣਾ। ਕਿਹੜੇ ਸਕੂਲ 'ਚ ਪੜ੍ਹਦੇ ਹੋ? ਸਰਕਾਰੀ ਮਿਡਲ ਸਕੂਲ ਮੰਡੀ ਲਾਦੂਗਾ। ਸਾਡੀ ਇਹ ਮੰਗ ਹੈ ਕਿ ਅਸੀਂ ਸਰਕਾਰ ਤੋਂ ਆਪਦੇ ਕਲਾਸ ਦੇ ਕਮਰੇ ਮੰਗਣੇ ਆ, ਸਾਡੀ ਇਹੀ ਮੰਗ ਹੈ। ਕਿੰਨੇ ਸਾਲ ਤੋਂ ਇੱਥੇ ਸਕੂਲ 'ਚ ਪੜ੍ਹਦੇ ਹੋ? ਪਿਛਲੇ 2 ਸਾਲ ਤੋਂ ਇੱਥੇ ਪੜ੍ਹਦੇ ਹਾਂ। 2 ਸਾਲ ਦੇ ਕਮਰੇ ਨਹੀਂ ਹੈਗੇ? ਨਹੀਂ। ਤੇ ਫਿਰ ਤੁਸੀਂ ਗਰਮੀਆਂ ਸਰਦੀਆਂ ਦੇ ਵਿੱਚ ਕਿਵੇਂ ਇੱਥੇ ਬੈਠਦੇ ਹੋ? ਅਸੀਂ ਇੱਥੇ ਗਰਮੀ ਸਰਦੀ ਬਹੁਤ ਔਖੀ ਨਿਕਾਲੀ ਹੈ।